ਸਤਿ ਸ਼੍ਰੀ ਅਕਾਲ, ਮੈਂ ਹਰਮੀਤ ਬਮਰਾ ਮੈਲਬਨ ਤੋਂ। ਅੱਜ ਮੈਂ ਗੱਲ ਕਰ ਰਿਹਾ ਪੰਜਾਬ ਦੀ ਅਤੇ ਸਰਕਾਰਾਂ ਦੀ। ਪੰਜਾਬ ਦੀ ਇਸ ਕਰਕੇ ਕਿ ਪੰਜਾਬ ਦੀ ਸਰਕਾਰ ਕੇਂਦਰ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਅਤੇ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਉੱਤੇ ਇਲਜ਼ਾਮ ਲਾ ਰਹੀ। ਇਸ ਇਲਜ਼ਾਮਾਂ ਦੇ ਵਿੱਚ ਸਿਰਫ ਪਿਸਦਾ ਉਹ ਪਿਆ ਜਿਹੜਾ ਕਿ ਜਾਂ ਤਾਂ ਮਿਡਲ ਕਲਾਸ ਹੈ ਜਾਂ ਉਸ ਤੋਂ ਵੀ ਥੱਲੇ ਮਜ਼ਦੂਰ ਹੈ। ਇਹਨਾਂ ਦੋਵਾਂ ਸਰਕਾਰਾਂ ਦੇ ਵਿੱਚ ਬੇਕਸੂਰ ਲੋਕ ਪਿਸ ਰਹੇ ਨੇ, ਕਿਉਂਕਿ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਹੋਣੀ ਚਾਹੀਦੀ ਹੈ, ਉਹ ਨਹੀਂ ਮਿਲ ਪਾ ਰਹੀ, ਕਿਉਂਕਿ ਲਾਈਨਾਂ ਲੰਬੀਆਂ ਨੇ, ਵਾਅਦੇ ਜ਼ਿਆਦਾ ਨੇ, ਕੰਮ ਹੈਗੇ ਨਹੀਂ ਹੈ, ਲੋਕਡਾਊਨ ਹੋਇਆ ਪਿਆ ਹੈ, ਉਹਦੇ ਵਿੱਚ ਪਿਸ ਰਹੇ ਨੇ। ਅਤੇ ਪੰਜਾਬ ਦੇ ਵਿੱਚ ਇਸ ਟਾਈਮ 'ਤੇ ਕਈ ਮੁੱਦੇ ਚੱਲ ਰਹੇ ਨੇ ਜਿਹਦੇ ਨਾਲ ਸਰਕਾਰ ਨਜਿੱਠਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਹੈ। ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਨੇ, ਮਜ਼ਦੂਰ ਵਰਗ ਭੁੱਖਮਰੀ ਨਾਲ ਰੁਲ ਰਹੇ ਨੇ, ਅਤੇ ਮਿਡਲ ਕਲਾਸ ਇੱਕ ਇਹੋ ਜਿਹੀ ਕਲਾਸ ਹੈ ਨਾ ਤੋਂ ਕਿਸੇ ਕੋਲ ਮੰਗਣ ਜਾ ਸਕਦੀ ਹੈ, ਨਾ ਉਹ ਲਾਈਨਾਂ 'ਚ ਲੱਗ ਕੇ ਖਾ ਸਕਦੀ ਹੈ, ਉਹ ਆਪਣੇ ਆਪ 'ਚ ਪਿਸ ਰਹੀ ਹੈ। ਮਹੀਨੇ ਦੇ ਖਰਚੇ ਆਲਰੇਡੀ ਚੱਲ ਰਹੇ ਨੇ, ਉਹ ਉਸੇ ਤਰੀਕੇ ਨਾਲ ਬਰਕਰਾਰ ਨੇ। ਉਹਨਾਂ ਦੇ ਵਿੱਚ ਕੁਝ 'ਚ ਰਿਆਇਤਾਂ ਮਿਲੀਆਂ, ਮਗਰ ਸਾਰਿਆਂ ਦੇ ਵਿੱਚ ਰਿਆਇਤਾਂ ਨਹੀਂ ਮਿਲੀਆਂ। ਕੋਰੋਨਾ ਦੇ ਕਹਿਰ ਨਾਲ ਤਾਂ ਉਸੇ ਤਰੀਕੇ ਨਾਲ ਹੀ ਸਾਰੀ ਦੁਨੀਆ ਪਹਿਲਾਂ ਹੀ ਮਰੀ ਪਈ ਹੈ। ਜਦੋਂ ਸਰਕਾਰਾਂ ਵੀ ਆਪਣੇ ਲੋਕਾਂ ਦਾ ਸਾਥ ਨਾ ਦੇਵੇ ਤਾਂ ਇਹ ਦਰਦ ਬਹੁਤ ਵੱਡਾ ਹੋ ਜਾਂਦਾ। ਇਸ ਦਰਦ ਨੂੰ ਮਹਿਸੂਸ ਕਰਨ ਲਈ ਇਹ ਦਿਲ ਸ਼ਾਇਦ ਇਹਨਾਂ ਸਰਕਾਰਾਂ ਕੋਲ ਨਹੀਂ ਹੈ। ਕੇਂਦਰ ਸਰਕਾਰ ਕਹਿੰਦੀ ਹੈ ਕਿ ਮੈਂ 900 ਤੋਂ ਪਲੱਸ ਕਰੋੜ ਰੁਪਈਆ ਦਿੱਤਾ ਪੰਜਾਬ ਨੂੰ। ਪੰਜਾਬ ਨੂੰ ਤਕਰੀਬਨ ਉਹਦੀ ਅੱਧੀ ਜਨਤਾ ਲਈ ਉਹਨੇ ਆਟੇ ਅਤੇ ਦਾਲ ਵਾਸਤੇ ਇਹ ਪੈਸਾ ਦਿੱਤਾ, ਜਦਕਿ ਇਹ ਪੈਸੇ ਦਾ ਪਤਾ ਨਹੀਂ ਕਿੱਥੇ ਗਿਆ ਇਹ ਪੈਸਾ। ਇਹ ਪੈਸਾ ਆਟਾ ਅਤੇ ਦਾਲ ਪੰਜਾਬ ਦੀ ਅੱਧੀ ਜਨਤਾ ਦੇ ਘਰ ਪਹੁੰਚਣਾ ਚਾਹੀਦਾ ਸੀ। ਕਿ ਸਾਨੂੰ ਲੱਗਦਾ ਕਿ ਇਹ ਉਹਨਾਂ ਦੇ ਘਰ ਪਹੁੰਚਿਆ? ਸਰਕਾਰ ਦੇ ਵਾਅਦੇ ਨੇ ਕਿ ਉਹ ਦੂਸਰਾ ਲੋਟ ਸ਼ੁਰੂ ਕਰਨ ਜਾ ਰਿਹਾ, ਦੂਸਰਾ ਲੋਟ ਦੇਣ ਜਾ ਰਿਹਾ ਜਿਹੜਾ ਕਿ 90 ਕਰੋੜ ਦਾ ਹੈਗਾ। ਉਹਨਾਂ ਰਜਿਸਟਰ ਕਾਮਿਆਂ ਨੂੰ ਉਹਨਾਂ ਦੇ ਅਕਾਊਂਟਾਂ ਦੇ ਵਿੱਚ 3-3 ਹਜ਼ਾਰ ਰੁਪਏ ਦਾ। ਜਦਕਿ ਇੱਕ ਚੀਜ਼ ਦੀ ਮੈਂ ਗਰੰਟੀ ਦਿੰਦਾ, ਸਰਕਾਰਾਂ ਨੂੰ ਵੀ ਪਤਾ ਪੰਜਾਬ ਦੇ ਵਿੱਚ ਹੱਦ ਤੋਂ ਜ਼ਿਆਦਾ ਉਹ ਵਾਲੇ ਕਾਮੇ ਹੈਗੇ ਨੇ ਜਿਹੜੇ ਰਜਿਸਟਰ ਹੀ ਨਹੀਂ ਹੋਣਗੇ। ਉਹਨਾਂ ਦਾ ਕੀ, ਉਹ ਕਿਸ ਤਰ੍ਹਾਂ ਲੈਣਗੇ? ਇਹਦੇ ਉੱਤੇ ਇੱਕ ਪਲਾਨ ਬਣਨਾ ਚਾਹੀਦਾ ਸੀ, ਆਈਡੈਂਟੀਫਾਈ ਕਰਨੇ ਚਾਹੀਦੇ ਸੀ ਵੀ ਆਪਣਾ ਮਜ਼ਦੂਰ ਤਬਕਾ ਕਿਹੜਾ ਹੈਗਾ, ਆਪਣੇ ਕਾਮੇ ਕਿਹੜੇ ਹੈਗੇ ਨੇ। ਉਹਨਾਂ ਦੇ ਅਕਾਊਂਟ 'ਚ ਅਗਰ ਨਹੀਂ ਪੈਂਦੇ ਉਹਨਾਂ ਨੂੰ ਕੈਸ਼ ਦੇਣੇ ਚਾਹੀਦੇ, ਕਿਉਂਕਿ ਜਿਹੜੇ ਰਜਿਸਟਰ ਆ ਭੁੱਖ ਉਹਨਾਂ ਨੂੰ ਵੀ ਲੱਗਦੀ ਹੈ, ਜਿਹੜੇ ਨਹੀਂ ਰਜਿਸਟਰ ਭੁੱਖ ਉਹਨਾਂ ਨੂੰ ਵੀ ਲੱਗਦੀ ਹੈ, ਢਿੱਡ ਉਹਨਾਂ ਨੂੰ ਵੀ ਲੱਗੇ, ਢਿੱਡ ਉਹਨਾਂ ਨੂੰ ਵੀ ਲੱਗੇ। ਭੁੱਖਮਰੀ ਨਾਲ ਦਰਦ ਦੋਵਾਂ ਦੇ ਹੁੰਦੀ ਹੈ, ਮਗਰ ਇੱਕ ਨੂੰ ਰਜਿਸਟਰਡ ਵਾਲਿਆਂ ਨੂੰ ਮਿਲ ਜਾਵੇ ਅਤੇ ਦੂਸਰਿਆਂ ਨੂੰ ਨਾ ਮਿਲੇ, ਇਹ ਕਿੱਥੋਂ ਦੀ ਸਿਆਣਪ ਹੈ? ਸਰਕਾਰਾਂ ਲਈ ਇਹ ਸੋਚਣ ਵਾਲੀ ਗੱਲ ਹੈ। ਇਹ ਨਹੀਂ ਹੈਗਾ ਕਿ ਸਰਕਾਰਾਂ ਕੋਲ ਉਹ ਦਿਮਾਗ ਨਹੀਂ ਹੈਗੇ ਇਸ ਚੀਜ਼ ਨੂੰ ਸੋਚਣ ਲਈ, ਮਗਰ ਅੱਖਾਂ ਬੰਦ ਕੀਤੀਆਂ ਜਾਂਦੀਆਂ, ਅੱਖਾਂ ਬੰਦ ਰੱਖੀਆਂ ਜਾਂਦੀਆਂ, ਦਿਮਾਗ ਨੂੰ ਸੋਚਣ ਸ਼ਕਤੀ ਘਟਾ ਲਈ ਜਾਂਦੀ ਹੈ। ਇਸ ਤਰੀਕੇ ਨਾਲ ਬਹੁਤ ਕੁਝ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਲੋਕ ਜਿਹੜੇ ਪੰਜਾਬੀ ਬਾਹਰ ਬੈਠੇ ਹੋਏ ਹਾਂ, ਸਾਨੂੰ ਦਰਦ ਹੈਗਾ ਪੰਜਾਬ ਦਾ। ਅਸੀਂ ਸੋਚਦੇ ਹਾਂ ਇਸ ਜਗ੍ਹਾ ਤੋਂ, ਸਿਡਨੀ ਤੋਂ, ਮੈਲਬਨ ਤੋਂ ਕਈ ਸੰਸਥਾਵਾਂ ਹੈਗੀਆਂ ਜਿਹੜੀਆਂ ਕਿ ਇੱਥੋਂ ਲੋਕ ਉਹਨਾਂ ਨੂੰ ਇਕੱਠਾ ਕਰਕੇ ਦਿੰਦੇ ਨੇ ਜੋ ਵੀ ਉਹ ਆਪਣਾ ਸਰਦਾ ਬੁਗਦਾ, ਅਤੇ ਉਹ ਇੰਡੀਆ 'ਚ ਜਾ ਕੇ ਲੰਗਰ ਲਾ ਰਹੀਆਂ, ਇਹਨਾਂ ਮਜ਼ਦੂਰਾਂ ਨੂੰ ਲੱਭ ਲੱਭ ਕੇ ਉਹਨਾਂ ਦੇ ਘਰ ਖਾਣੇ ਪਹੁੰਚਾਏ ਜਾ ਰਹੇ। ਮਗਰ ਇਹ ਇੱਕ ਸਮਾਜਿਕ ਲੈਵਲ ਦੇ ਉੱਤੇ, ਸਮਾਜਿਕ ਸੰਸਥਾਵਾਂ ਦੇ ਆਪਣੇ ਲੈਵਲ 'ਤੇ ਕਰਦੀਆਂ ਵੀ, ਇਹਦੇ 'ਚ ਸਰਕਾਰ ਦਾ ਕੁਛ ਲੈਣਾ ਦੇਣਾ ਨਹੀਂ ਹੈ। ਬਹੁਤ ਅੱਛਾ ਕੰਮ ਕਰ ਰਹੀਆਂ ਜਿਨ੍ਹਾਂ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਮਗਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਜੁੜ ਰਹੇ
लॉकडाउन बड़ा राइट टाइम दे उते लगा देता ते होर भी उन्हां दे कई प्लान इदां दे आए ने लैके कोरोना नूं रोकण लई। तुसीं किन्नी क सहमति जतांदे जे केंद्र सरकार दे करना नूं? मैं महसूस करता है कि जिहड़ा फैसला है ये फैसला लोक हित दे विच है, ये पब्लिक इंटरेस्ट दे विच है। केंद्र सरकार इस टाइम ते कह रही है कि उसने आटा दाल दी स्कीमा चलाइया ने ते इस दे उत्ते केंद्रीय मंत्री मिस्टर बादल डॉक्टर ने एक राजकुमार इल्जाम ने लगाया देखा पंजाब कैबिनेट सरकार ने मिनिस्टर पंजाब कि पंजाब चेयरमैन सरकार नूं पंजाब नोट स्टेट्स वध करोड़ वेयरहाउस रुपया दित्ता कॉरपोरेशन गया। स्पोक्सपर्सन इंडियन नेशनल कांग्रेस जुड़ चुके ने ते हुण इन्हां कोलों जाणांगे कि पंजाब दे इस टाइम दे की हालात ने ते उम्मीद करदे हां कि ये दसणगे। सब तो पहले तुहाडा बहुत बहुत स्वागत है जी, तुहाडा टाइम देण दा। पहले तो देश विदेश के सारे लोगों को मेरे वालों प्यार भरी सत श्रीकाल नमस्कार जय हिंद। और मैं सारे लोगों का धन्यवाद करना है कि तुहानू पंजाब की चिंता है, पंजाब की चिंता तुहानू नहीं सानू सारे नू इत्थे बैठे तुहाड़ी चिंता है। और मैं उम्मीद करता है कि तुसी सारे चढ़दी कला दे विच होवोगे, खुश होवोगे और असी इत्थे बैठ के बैठे हैं गुरुआं दी नगरी अमृतसर। और इस नगरी च तुहाड़े वास्ते मैं अरदास करदा हां कि तुहाडी परमात्मा सेहत बख्शे, तंदरुस्ती बख्शे और तुसी सारे ही चढ़दी कला दे विच रहो। और मैं तुहानू सारयां नू प्यार भरी सत श्री अकाल कहिंदा। ते डॉक्टर साहब अगर गल करिए सब तो पहले इस टाइम दे उत्ते महामारी दी कोरोना दी जिस दे उत्ते केंद्र सरकार ने काफी कुछ कीता है। ये पूरे देश का फैसला है, पब्लिक इंटरेस्ट का फैसला है, ये चंगा फैसला है। और पंजाब ने केंद्र तो भी पहले स्टेप ले है। असी पहली कंट्री का पहली स्टेट सी कि जिन्हें कर्फ्यू लगा दिता और कैप्टन अमरिंदर सिंह के फैसले नू पूरी दुनिया ने सराहया। और मैं समझ रहा कि ये देश इकट्ठा होके ये कोरोना की लड़ाई लड़ रहा है और असी ये लड़ाई कामयाब होवांगे और ये लड़ाई जितांगे। ਗਰੀਬਾਂ ਲਈ, ਮਜ਼ਦੂਰਾਂ ਲਈ, ਦਿਹਾੜੀਦਾਰਾਂ ਲਈ, ਛੋਟੇ ਕੰਮਾਂ ਵਾਲਿਆਂ ਲਈ ਕਿ ਉਹਨਾਂ ਨੂੰ ਆਟਾ ਦਾਲ ਤੇ ਜਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਪੈਸਾ ਪਹੁੰਚੇ ਤੇ ਉਹਨਾਂ ਦੇ ਮੁਤਾਬਕ ਇਹ ਕਿਸੇ ਨੂੰ ਵੀ ਇੱਕ ਨੂੰ ਇਹ ਚੀਜ਼ ਨਹੀਂ ਮੁਹੱਈਆ ਹੋਈ। ਤੁਹਾਡਾ ਉਹਦੇ ਤੇ ਕੀ ਕਹਿਣਾ ਵੀ ਪਹਿਲੇ ਨੰਬਰ ਦੇ ਤੇ ਉਹ ਪੈਸਾ ਆਇਆ, ਜੇ ਆਇਆ ਤਾਂ ਫਿਰ ਉਹ ਲੱਗਾ ਕਿਉਂ ਨਹੀਂ? ਪਹਿਲੇ ਤੇ ਮੈਂ ਭੈਣ ਹਰਸਿਮਰਨ ਕੌਰ ਬਾਦਲ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਕੇਂਦਰ ਗਰੀਬ ਦੀ ਕਲਿਆਣ ਉਪਲਬਧੀ ਅੰਨ ਬੰਦ ਕਰੇ, ਯੋਜਨਾ ਤਹਿਤ ਪੰਜਾਬ ਪੰਜਾਬ ਦੇ ਨੂੰ ਹਿੱਤਾਂ ਦੀ ਗੱਲ ਕਰੇ, 70,725 ਪੰਜਾਬ ਦੇ ਮੀਟ੍ਰਿਕ ਹਿੱਤਾਂ ਦੀ ਟਨ ਕਰੇ ਕਣਕ ਕਿ ਕਹਿੰਦੇ ਵੀ ਭੇਜ ਪੰਜਾਬ ਦੇ ਦਿੱਤੀ ਹੈ ਜਿਹੜੀ ਕਿ ਕਿਸਾਨਾਂ ਹਜੇ ਦੀ ਤੱਕ ਗੱਲ ਕਰੇ, ਗੋਦਾਮਾਂ 'ਚ ਪਈ ਹੈ ਤੇ ਪੰਜਾਬ ਉਹ ਦੇ ਲੋਕਾਂ ਮਜ਼ਦੂਰਾਂ ਦੀ ਤੱਕ ਗੱਲ ਕਰੇ, ਪਹੁੰਚ ਨਹੀਂ ਪਾਈ, ਜਿਨ੍ਹਾਂ ਲਈ ਉਹ ਪਾਈ ਇੰਡਸਟਰੀ ਦੀ ਗੱਲ ਕਰੇ ਭਈ ਉਹ ਲੇਕਿਨ ਪਈ ਮੈਨੂੰ ਹੈ ਜੀ ਇਸ ਗੱਲ ਦੀ ਹੈ ਐਫਸੀਆਈ ਦੇ ਭਈ ਗੋਦਾਮਾਂ 'ਚ ਉਹਨਾਂ ਦਾ ਨੇ ਜੀਐਸਟੀ ਮੇਰਾ ਪੈਸਾ ਦੇ ਦੋ ਦਿਓ ਤੁਹਾਡੇ ਸਾਨੂੰ ਰਿਫੰਡ ਐਫਸੀਆਈ ਆਇਆ ਦੇ ਗੋਦਾਮ ਹੈ, ਸਾਡੇ ਐਫਸੀਆਈ ਨਹੀਂ ਆ ਗਰਾਂਟ ਦੇ ਦਿੱਤੀ, ਉਹ ਭਾਈ ਐਫਸੀਆਈ ਦੇ ਦੇ ਗਰਾਂਟ ਗੋਦਾਮਾਂ 'ਚ ਪਈ ਪਈ ਹੈ, ਭਈ ਇਹਨਾਂ ਇਹਨਾਂ ਦਾ ਕਿਹਾ ਘਰ ਭਈ ਵਾਲਾ ਕਿਹੜਾ ਕੋਈ ਉਹ ਆਟਾ ਦਾਲ ਮਿਲਿਆ ਸਕੀਮ ਹੈ ਕਾਰਜੋਗ ਜਿਹੜੀ ਭਰਾ ਹੈਗਾ ਡਾਕਟਰ ਮਨਮੋਹਨ ਸਿੰਘ ਸਿੰਘ ਨੇ ਬਾਦਲ ਉਹਨੂੰ ਵੈਸੇ ਮੈਂ 80 ਸੁੱਖਾ ਗੱਪੀ ਹੀ ਕਰੋੜ ਕਹਿਣਾ ਲੋਕਾਂ ਵਾਸਤੇ, ਲੇਕਿਨ ਉਹ ਇੰਨੀਆਂ ਗੱਪਾਂ ਖਾਨ ਮਾਰਦਾ ਹੈ ਉਹਦਾ ਟਰੱਕ ਭਰ ਕੇ ਪਾਰਲੀਮੈਂਟ ਨੂੰ ਲਿਆਂਦਾ ਸੀ ਨਾ, ਪੰਜਾਬ ਕੋਲ ਇਹ ਆਉਂਗਾ ਉਹ ਵਜ੍ਹਾ ਦੀ ਜਿਹੜਾ ਟਰੱਕ ਆ ਗਿਆ ਤੇ ਨੋਟ ਦਾ ਭਾਈ ਕਣਕ ਹੈਗੀ ਦਾ ਆ ਗਿਆ, ਉਹ ਕਣਕ ਸਕੀਮ ਦਾ ਆ ਗਿਆ, ਇਹ ਜਿਹੜੀ ਆਟਾ ਦਾਲ ਆ ਸਕੀਮ ਦੀ ਗੱਲ ਕਰਦੇ ਪਏ ਆ, ਟਰੱਕ ਦੇ ਭਰ ਕੇ ਕੇਂਦਰ ਨੋਟਾਂ ਦਾ ਦੀ ਕੋਈ ਆਇਆ ਹੀ ਨਹੀਂ ਤੇਰੇ ਉਸ ਨਾਲ ਮਗਰ ਦੀ ਭਾਈ ਚੱਲਦੀ ਸਕੀਮ ਹੈ। ਲੇਕਿਨ ਮੈਂ ਤਾਂ ਹੋਰ ਉਹਦੇ ਤਹਿਤ ਗਰੀਬਾਂ ਅੱਜ ਨੂੰ ਜਿਹੜੇ ਪੰਜਾਬ ਦੇ ਲੋਕ ਅਧਿਕਾਰ ਦੇ ਤਹਿਤ ਦੰਡ ਦੇ ਕੇ ਖਾ ਸਕਣ ਸਾਰੀਆਂ ਜਿਨ੍ਹਾਂ ਦੇ ਸਿਆਸੀ ਨੀਲੇ ਕਾਟ ਆ ਕਿ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ, ਪੰਜਾਬ ਅਜੇ ਦੇ ਲੋਕਾਂ ਉਹ ਦੇ ਹਿੱਤਾਂ ਵਾਸਤੇ
जिस वक्त रिलीज कर दे है, परमानेंट रिलीज होंगे है, ये एफसीआई दे गोदाम है, जिहड़ी कि गवर्नमेंट ऑफ इंडिया दे गोदाम है, वो जिहड़े उत्थों रिलीज होंगे है, फिर जिहड़ा साडा फूड डिपार्टमेंट है, सिविल सप्लाई, ये इन्हां दे कोल परमिट होंगे है, और साडे जिहड़े नीले कार्ड है, नीले कार्ड भी असीं नहीं बनाए, नीले कार्ड भी केंद्र दे फोल्डर चों बने हुए है, ये जिहड़े गरीबी रेखा तों थले वाले लोग है, उन्हां वास्ते कनक हैगी है, और असीं उन्हां नूं ही वंडनी है, दूजे नूं जा ही नहीं सकदी जी। और जिस वक्त हुण इन्होंने कहा कि एक दो दिन च इहदा प्रोसैस पूरा हो जाना है, और दो दिन दिन च वंडी जाए, हर साल ही वंडी जाती है, ये कोई नवा प्रोसैस है, इहदे वास्ते जिहड़ा हैगा कोरोना दे जिहड़े साडे मुश्किल है, इहदे वास्ते कड़ी मदद है, इह तां हर साल गरीबां दी कनक आउंदी है, और हर साल नीले कार्ड वंडी जाती है, इह च कड़ी कड़ी कोई नवी कहानी की है। ਤੇ ਪੰਜਾਬ ਸਰਕਾਰ ਆਪਣੇ ਲੈਵਲ ਦੇ ਉੱਤੇ ਇਹਨਾਂ ਦਿਹਾੜੀਦਾਰ ਮਜ਼ਦੂਰਾਂ ਲਈ ਜਾਂ ਛੋਟੇ ਕਾਮਿਆਂ ਲਈ ਜਾਂ ਜਿਹੜੇ ਛੋਟੀਆਂ ਦੁਕਾਨਾਂ ਵਾਲੇ ਇਹਨਾਂ ਲਈ ਕੀ ਕਰ ਰਹੀ ਹੈ? ਕਿਉਂਕਿ ਬਹੁਤ ਸਾਰੀਆਂ ਵੀਡੀਓ ਆ ਰਹੀਆਂ, ਬਹੁਤ ਸਾਰੇ ਲੋਕਾਂ ਦੇ ਮੈਸੇਜਿਸ ਵੀ ਆ ਰਹੇ ਨੇ, ਵੱਖੋ ਵੱਖਰੇ ਚੈਨਲਾਂ ਦੇ ਉੱਤੇ ਦੇਖਿਆ ਵੀ ਜਾ ਰਿਹਾ ਕਿ ਗਰੀਬ ਪੀਸਦਾ ਪਿਆ, ਉਹ ਹਜੇ ਵੀ ਕੁਝ ਜਗ੍ਹਾ ਦੇ ਉੱਤੇ ਗਰੀਬ ਜਿਹੜਾ ਭੁੱਖਮਰੀ ਦੇ ਨਾਲ ਮਰ ਰਿਹਾ, ਉਹਦੇ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ? ਝੂਠਾ ਇਲਜ਼ਾਮ ਹੈ ਕਿ ਪੰਜਾਬ 'ਚ ਕੋਈ ਭੁੱਖਮਰੀ ਨਾ ਮਰ ਰਿਹਾ। ਪੰਜਾਬ ਗੁਰੂਆਂ ਦੀ ਧਰਤੀ ਆ। ਮੈਂ ਬਾਰ ਬਾਰ ਕਹਿ ਰਿਹਾ ਕਿ 10 ਲੱਖ ਲੋਕਾਂ ਵਾਸਤੇ 10 ਲੱਖ ਪੈਕਟ ਕੈਪਟਨ ਅਮਰਿੰਦਰ ਸਿੰਘ ਨੇ ਬਣਾ ਕੇ ਸਾਰੇ ਪੰਜਾਬ ਦੇ ਵਿੱਚ ਭੇਜ ਦਿੱਤੇ ਆ। ਉਹ ਉੱਥੇ ਪਹੁੰਚੇ ਆ, ਉਹ ਵੰਡੇ ਜਾ ਰਹੇ ਆ, ਉਹ ਇਹਨੂੰ ਵੰਡਣ ਲੱਗਿਆ, 10 ਲੱਖ ਪੈਕਟ ਨੂੰ ਵੰਡਣ ਲੱਗਾ। ਇੱਕ ਦਿਨ 'ਚ ਤਾਂ ਨਹੀਂ ਵੰਡੇ ਜਾਂਦੇ, 2-4-5 ਦਿਨ ਲੱਗਦੇ, ਉਹ ਵੰਡੇ ਜਾ ਰਹੇ ਆ, ਸਾਰੇ ਘਰਾਂ ਤੱਕ ਪਹੁੰਚ ਰਹੇ ਆ। ਟਾਈਮਿੰਗ ਸਾਡੇ ਸਾਰੇ MLA ਸੜਕਾਂ ਤੇ, ਉਹ ਸਾਡੇ ਸਾਰੀਆਂ ਸਿਆਸੀ, ਮੈਂ ਇਹਦੇ 'ਚ ਸਾਰੀ ਸਿਆਸੀ ਪਾਰਟੀਆਂ ਕਹਿ ਰਹੇ ਹਾਂ ਕਿ ਸਾਰੇ ਲੋਕ ਮਦਦ ਕਰ ਰਹੇ ਆ। ਉੱਥੋਂ ਦੇ ਗੁਰਦੁਆਰਿਆਂ 'ਚ ਲੰਗਰ ਚੱਲ ਰਹੇ ਆ, ਕਿਹੜਾ ਭੁੱਖਾ ਮਰ ਰਿਹਾ? ਉੱਥੋਂ ਦੇ ਮੰਦਰਾਂ 'ਚ ਲੰਗਰ ਚੱਲ ਰਿਹਾ, ਕੌਣ ਭੁੱਖਾ ਮਰ ਰਿਹਾ? ਉੱਥੋਂ ਦੇ ਆਸ ਪੜੋਸ ਦੇ ਲੋਕ ਮਦਦ ਕਰ ਰਹੇ ਆ। ਇਸ ਲਈ ਪੰਜਾਬ ਦੇ ਲੋਕ ਭੁੱਖੇ ਨਹੀਂ ਮਰਦੇ, ਇਹ ਪੰਜਾਬ ਤੇ ਇਹ ਜਿਹੜਾ ਉਹ ਲੰਗਰਾਂ ਦੀ ਧਰਤੀ ਆ, ਜਿਹੜੇ ਗਰੀਬ ਦੇ ਮੂੰਹ ਦੇ ਵਿੱਚ ਅਸੀਂ ਇੱਕ ਦੂਸਰੇ ਮਦਦ ਕਰਦੇ ਹਾਂ। ਲੇਕਿਨ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀਆਂ ਚੁਣੌਤੀਆਂ ਹੈਗੀਆਂ, ਅਸੀਂ ਸਵੀਕਾਰ ਕਰਾਂਗੇ, ਮੁਕਾਬਲਾ ਕਰਾਂਗੇ, ਔਰ ਪੰਜਾਬ ਸਰਕਾਰ ਕਿਸੇ ਵੀ ਪੱਖ ਤੋਂ ਕੋਈ ਪਰੇਸ਼ਾਨੀ ਨਹੀਂ ਆਉਂਦੇਗੀ। ਤੇ ਜਿਹੜਾ ਕੈਪਟਨ ਸਰਕਾਰ 90-90 ਕਰੋੜ ਦੇ ਪੈਕੇਜਿਸ ਵੰਡ ਰਹੀ ਹੈ ਜਿਹੜੇ ਰਜਿਸਟਰਡ ਕਾਮਿਆਂ ਲਈ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਦੇਖੋ, ਜਿਹੜੇ ਸਾਡੀਆਂ ਲੇਬਰ ਹੈ, ਜਿਹੜੇ ਇੱਟਾਂ ਢੋਣ ਵਾਲੇ ਆ, ਮਜ਼ਦੂਰ ਹੈ, ਸੜਕਾਂ ਬਣਾਉਣ ਵਾਲੇ ਆ, ਉਹ ਕਰੀਬ 3.5 ਲੱਖ ਤੋਂ ਵੱਧ, 3.5 ਲੱਖ ਮਜ਼ਦੂਰ ਆ, ਉਹ ਉਹਨਾਂ ਨੂੰ ਅਸੀਂ ਸਾਰੇ ਮਜ਼ਦੂਰਾਂ ਦੇ ਖਾਤੇ 'ਚ 3,000-3,000 ਰੁਪਈਆ ਪਹਿਲੇ ਪਾਤਾ ਸੀ, ਹੁਣ ਕੱਲ੍ਹ ਫਿਰ ਅਸੀਂ, ਕੱਲ੍ਹ ਦੀ ਡੇਟ 'ਚ 3,000-3,000 ਅਸੀਂ ਉਹਨਾਂ ਦੇ ਖਾਤਿਆਂ 'ਚ ਫਿਰ ਦੇ ਦਿੱਤਾ। ਉਹ ਪੈਸਾ ਅਸੀਂ ਗਰੀਬਾਂ ਨੂੰ ਦੇ ਰਹੇ ਹਾਂ, ਅਨਾਜ ਅਸੀਂ ਗਰੀਬਾਂ ਨੂੰ ਦੇ ਰਹੇ ਹਾਂ, ਧਿਆਨ ਅਸੀਂ ਗਰੀਬਾਂ ਦਾ ਰੱਖ ਰਹੇ ਹਾਂ। ਸਾਡਾ ਯਾਰ ਪੰਜਾਬ ਦੇ ਲੋਕ ਸਾਡੇ ਲਈ ਬੜੇ ਸਪੈਸ਼ਲ ਹੈ, ਮੈਂ ਤੁਹਾਨੂੰ ਗੱਲ ਕਹਾਂ, ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਇਹ ਸਾਡਾ ਫਰਜ਼ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਇਹ ਪੰਜਾਬ ਜਿਹੜਾ ਸੇਫ ਹੈਂਡ ਦੇ ਵਿੱਚ ਹੈਗਾ, ਔਰ ਪੰਜਾਬ 'ਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਔਰ ਮੈਂ ਕਹਾਂਗਾ ਕਿ ਇਹ ਜਿਹੜੇ ਕੇਂਦਰ ਦੀ ਦਲਾਲੀ ਕਰਨ ਵਾਲੇ ਇਹ ਸਿਆਸੀ ਪਾਰਟੀਆਂ ਦੇ ਲੋਕ ਆ, ਚਾਹੇ ਅਕਾਲੀ ਦਲ ਹੈ, BJP ਵਾਲੇ ਆ, ਉਹਨਾਂ ਨੂੰ ਜਾ ਕੇ ਮੋਦੀ ਸਾਹਿਬ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ, ਅਤੇ ਪੰਜਾਬ ਵਾਸਤੇ ਪੈਕੇਜ ਲਿਆਉਣਾ ਚਾਹੀਦਾ। ਕਿਸਾਨਾਂ ਦੀ ਹਾਲਤ ਠੀਕ ਨਹੀਂ ਹੈਗੀ, ਔਰ ਕਿਸਾਨ ਦਾ ਦੁੱਧ ਰੁਲ ਗਿਆ, ਸਬਜ਼ੀਆਂ ਰੁਲ ਗਈਆਂ, ਲੇਕਿਨ ਇਹ ਫਸਲ ਅਸੀਂ ਇੱਕ ਇੱਕ ਦਾਣਾ ਉਠਾ ਰਹੇ ਹਾਂ ਮੰਡੀਆਂ 'ਚੋਂ।
ਸਾਡੀ ਕੋਸ਼ਿਸ਼ ਇਸ ਗੱਲ ਦੀ ਮੈਂ ਉਹਦੇ ਤੇ ਵੀ ਤੁਹਾਡੇ ਕੋਲ ਆਉਣਾ ਵਾ ਕਿਸਾਨ ਦੇ ਉੱਤੇ, ਮਗਰ ਉਸ ਤੋਂ ਜਾਣ ਤੋਂ ਪਹਿਲੇ ਇੱਕ ਚੀਜ਼ ਤੁਸੀਂ ਮੇਰੇ ਨਾਲ ਸਹਿਮਤ ਹੀ ਕਰੋਗੇ ਕਿ ਪੰਜਾਬ ਦੇ ਵਿੱਚ ਉਹ ਵੀ ਕੰਮ ਹੈਗੇ ਨੇ ਜਿਹੜੇ ਰਜਿਸਟਰਡ ਨਹੀਂ ਹੈਗੇ, ਉਹ ਤੁਸੀਂ ਓਦਾਂ ਵੀ ਜਾਣਦੇ ਹੋਵੋਗੇ, ਪਰਸਨਲੀ ਵੀ ਜਾਣਦੇ ਹੋਵੋਗੇ, ਤੁਹਾਨੂੰ ਪਤਾ ਹੀ ਹੋਏਗਾ ਜੇ 3.5 ਲੱਖ ਰਜਿਸਟਰਡ ਹੈਗਾ ਤੇ ਇੰਨਾ ਕੀ ਤਕਰੀਬਨ ਹੋਰ ਹੋਣਗੇ ਜਿਹੜੇ ਰਜਿਸਟਰਡ ਨਹੀਂ ਹੈ, ਉਹਨਾਂ ਬਾਰੇ ਪੰਜਾਬ ਸਰਕਾਰ ਦਾ ਕੀ ਪਲਾਨ ਹੈ? ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਜੀ ਕਿ ਉਹ ਜਿੱਥੇ ਵੀ ਦਿਹਾੜੀ ਕਰਦੇ ਆ, ਜਿੱਥੇ ਵੀ ਕੰਮ ਕਰਦੇ ਆ, ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਦਿਹਾੜੀ ਨਹੀਂ ਕੱਟੀ ਜਾਏਗੀ, ਉਹਨਾਂ ਨੂੰ ਤਨਖਾਹ ਬਰਾਬਰ ਮਿਲਦੀ ਰਹੇਗੀ ਚਾਹੇ ਉਹ ਛੁੱਟੀ ਤੇ ਹੈਗੇ ਆ। ਔਰ ਦੂਸਰੇ ਪਾਸੇ ਜਿੱਥੇ ਘਰ ਦੇ ਵਿੱਚ ਉਹਨੂੰ ਅਨਾਜ ਦੀ ਲੋੜ ਹੈ, ਰਾਸ਼ਨ ਦੀ ਲੋੜ ਹੈ, ਅਸੀਂ ਉਹ ਮਦਦ ਕਰ ਰਹੇ ਹਾਂ, ਇਸ ਲਈ ਉਹ ਕੋਈ ਪਰੇਸ਼ਾਨੀ ਨਹੀਂ ਆਏਗੀ। ਅੱਛਾ, ਤੁਸੀਂ ਇਸ ਚੀਜ਼ ਦਾ ਭਰੋਸਾ ਦਿੰਦੇ ਹੋ ਕਿ ਜਿਹੜੇ ਕੰਮ ਰਜਿਸਟਰਡ ਨਹੀਂ ਹੈਗੇ ਉਹਨਾਂ ਦੇ ਘਰਾਂ ਤੱਕ ਅਨਾਜ ਪਹੁੰਚੇਗਾ ਤੇ ਜਾਂ ਜਿੱਥੇ ਵੀ ਉਹ ਜੋਬ ਕਰ ਰਹੇ ਤੇ ਉਹਨਾਂ ਨੂੰ ਉੱਥੋਂ ਤਨਖਾਹਾਂ ਮਿਲਦੀਆਂ ਰਹਿਣਗੀਆਂ? ਰਹਿਣਗੀਆਂ, ਤਨਖਾਹ ਨਹੀਂ ਕੱਟੀ, ਨਹੀਂ ਕੱਟੇਗੀ। ਠੀਕ ਹੈ ਜੀ, ਅਗਰ ਹੁਣ ਅਸੀਂ ਇਸ ਟਾਈਮ ਦੇ ਉੱਤੇ ਖਾਸ ਕਰਕੇ 15 ਅਪ੍ਰੈਲ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਉਸ ਦੇ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ। ਤੁਸੀਂ ਪਹਿਲੇ ਮੈਨੂੰ ਇਹ ਦੱਸੋ ਕਿ ਇਹਦੇ ਪ੍ਰਬੰਧ ਤੁਹਾਡੇ ਮੁਤਾਬਕ ਉਨੇ ਹੋ ਚੁੱਕੇ ਨੇ ਜਿੰਨੇ ਹੋਣੇ ਚਾਹੀਦੇ ਸਨ? ਬਿਲਕੁਲ, ਸਾਡੇ ਪੂਰੇ ਪ੍ਰਬੰਧ ਹੈਗੇ ਆ ਔਰ ਕਿਸਾਨ ਮੰਡੀਆਂ ਦੇ ਵਿੱਚ ਜਾ ਰਹੇ ਆ, ਅਸੀਂ ਮੌਕੇ ਦੇ ਉੱਪਰ ਉਹਨੂੰ ਪੈਸੇ ਦੇ ਰਹੇ ਹਾਂ। ਹਾਲਾਂਕਿ ਬਰਸਾਤ ਦਾ ਵਿੱਚ ਮੌਸਮ ਆਉਂਦਾ ਹੈ, ਕਈ ਵਾਰੀ ਪਰੇਸ਼ਾਨੀਆਂ ਵੀ ਆਉਂਦੀਆਂ ਕਿਉਂਕਿ ਕਰੋਨਾ ਆ, ਉਹਦੇ ਬਾਅਦ ਵੀ ਪਰੇਸ਼ਾਨੀ ਹੈ। ਅਸੀਂ ਉਹਦੇ ਵਾਸਤੇ ਐਪ ਡਾਊਨਲੋਡ ਕਰਕੇ ਦੇ ਦਿੱਤੀ ਹੈ, ਸਾਰਿਆਂ ਨੂੰ ਔਨਲਾਈਨ ਪਰਮਿਟ ਜਾਰੀ ਕੀਤੇ ਹੈ, ਕਿਸਾਨਾਂ ਨੂੰ ਪਾਸ ਜਾਰੀ ਕਰ ਦਿੱਤੇ ਹੈ, ਉਹਨਾਂ ਨੂੰ ਕੋਈ ਮੰਡੀਆਂ 'ਚ ਜਾਣ ਲਈ ਨਹੀਂ। ਹਰ 3 ਪਿੰਡ ਦੇ ਪਿੱਛੇ ਅਸੀਂ ਇੱਕ ਮੰਡੀ ਬਣਾ ਦਿੱਤੀ ਹੈ ਤਾਂ ਕਿ ਉਹਨੂੰ ਬਾਹਰ ਨਾ ਜਾਣਾ ਪਵੇ, ਔਰ ਮੌਕੇ ਦੇ ਉੱਪਰ ਅਸੀਂ ਫਸਲ ਖਰੀਦ ਰਹੇ ਹਾਂ, ਬਾਹਰ ਦਾ ਨਾ ਅਸੀਂ ਪਹਿਲੇ ਤੋਂ ਪ੍ਰੋਵਾਈਡ ਕਰਵਾ ਦਿੱਤਾ ਹੋਇਆ ਹੈ। ਔਰ ਮੈਂ ਮਹਿਸੂਸ ਕਰਦਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਰਖਵਾਲਾ ਕਿਹਾ ਜਾਂਦਾ ਹੈ, ਔਰ ਉਹਦੇ ਹੁੰਦਿਆਂ ਕਦੀ ਵੀ ਫਸਲ ਕਿਸਾਨਾਂ ਦੀ ਨਹੀਂ ਰੁਲੀ, ਇਹ ਜਿੰਨੀਆਂ ਵੀ ਫਸਲਾਂ ਆਈਆਂ ਅਸੀਂ ਵੀ ਬਾਖੂਬੀ ਚੁੱਕੀਆਂ, ਮੌਕੇ ਦੇ ਪੈਸੇ ਦਿੱਤੇ ਹੈ, ਇਹ ਵੀ ਫਸਲ ਅਸੀਂ ਚੁੱਕਾਂਗੇ, ਇਹ ਵੀ ਚੁਣੌਤੀ ਨੂੰ ਸਵੀਕਾਰ ਕਰਾਂਗੇ। ਅੱਛਾ, ਮੈਂ ਗੱਲ ਕਰ ਰਿਹਾ ਜੀ ਖੰਨਾ ਅਨਾਜ ਮੰਡੀ ਦੀ, ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ। ਇਸ ਦੇ ਵਿੱਚ ਕਿਸਾਨ ਬੈਠੇ ਹੋਏ ਨੇ 4 ਦਿਨਾਂ ਤੋਂ, ਜਦੋਂ ਕਿ ਕੈਪਟਨ ਸਰਕਾਰ ਦਾ ਦਾਅਵਾ ਸੀ ਕਿ 24 ਆਵਰ ਦੇ ਵਿੱਚ ਤੋਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਕਿਸਾਨ ਨੂੰ, ਜਦਕਿ 4 ਦਿਨਾਂ ਤੋਂ ਬੈਠੇ ਹੋਏ ਨੇ, ਇਹ ਇੱਕ ਗੱਲ ਹੈ। ਦੂਸਰੇ ਨੰਬਰ ਦੇ ਉੱਤੇ ਕੁਝ ਐਸੇ ਹੋ ਜੇ ਵੀ ਕਿਸਾਨ ਹਨ ਜਿਨ੍ਹਾਂ ਨੂੰ ਪਾਸਿਸ ਨਹੀਂ ਮਿਲਿਆ। ਹੁਣ ਜਿਹੜੇ 4 ਦਿਨਾਂ ਤੋਂ ਬੈਠੇ ਹੋਏ ਨੇ, ਇੱਕ ਸੈਕਿੰਡ, ਜਿਹੜੇ 4 ਦਿਨਾਂ ਤੱਕ ਬੈਠੇ ਹੋਏ ਨੇ ਉਹਨਾਂ ਦੇ ਪਿਛਲੇ ਪਾਸੇ ਵੀ ਲਗਾਤਾਰ ਕਿਸਾਨ ਆ ਰਹੇ ਨੇ। ਹੁਣ ਉੱਥੇ ਜਿਹੜਾ ਇੱਕ ਸੋਸ਼ਲ ਡਿਸਟੈਂਸ ਦਾ ਨਵਾਂ ਮੁੱਦਾ ਉੱਠ ਜਾਂਦਾ, ਉਹਦਾ ਜਿਹੜਾ ਡਰ ਇੱਕ ਨਵਾਂ ਬਣ ਜਾਂਦਾ, ਕਿਉਂਕਿ ਜੇਕਰ ਕੋਈ 4 ਦਿਨਾਂ ਤੋਂ ਵੇਟ ਕਰ ਰਿਹਾ ਉਹ ਹੁਣ ਜਾਏਗਾ ਤਾਂ ਨਹੀਂ ਬਿਨਾਂ ਦਿੱਤੀ ਤੋਂ, ਤੇ ਪਿਛਲੇ ਪਾਸੇ ਹੋਰ ਨਵੇਂ ਆ ਕੇ ਜੁੜੀ ਜਾਂਦੇ ਨੇ। ਇਸ ਸਥਿਤੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਾਂ ਇਸ ਨੂੰ ਇਸ ਤਰੀਕੇ ਨਾਲ ਦੇਖਦੇ ਹੋ ਕਿ ਖੰਨਾ ਦੀ ਜਿਹੜੀ ਅਨਾਜ ਮੰਡੀ ਹੈ ਆਲਰੇਡੀ ਉਹ ਐਡੀ ਵੱਡੀ ਹੈ ਕਿ ਉਹਦੇ ਵਿੱਚ ਇਹ ਚੀਜ਼ਾਂ ਸੁਭਾਵਿਕ ਹੈਗੀਆਂ? ਦੇਖੋ, ਇਹ ਬਿਲਕੁਲ ਸਹੀ ਕਿਹਾ, ਇਹ ਦੋਨੇ ਹੀ ਚੀਜ਼ਾਂ ਇਹਦੇ 'ਚ ਹੈਗੀਆਂ। ਜਿੱਥੇ ਥੋੜ੍ਹੀ ਬਹੁਤ ਪਰੇਸ਼ਾਨੀ ਆ ਰਹੀ ਹੈ ਉਹ ਇਸੇ ਲਈ ਹੈ ਕਿ ਉਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ। ਔਰ ਦੂਸਰੀ ਗੱਲ ਮੈਂ ਕਹਾਂ ਕਿ ਅਸੀਂ ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਕਿਸਾਨਾਂ ਦੀਆਂ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕੀਤੀ। ਉਹਨਾਂ ਨੇ ਕਿਹਾ ਕਿ ਜੇ ਅਸੀਂ 1 ਮਹੀਨਾ ਫਸਲ ਸਾਂਭੀਏ ਤੇ ਸਾਨੂੰ ਤੁਸੀਂ 100 ਰੁਪਇਆ ਇਹਦਾ ਮੁਆਵਜ਼ਾ ਦੇ ਦਿਓ, ਅਗਰ 2 ਮਹੀਨੇ ਸਾਂਭੀਏ ਤੇ 200 ਰੁਪਏ ਦੇ ਦਿਓ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਇਹ ਅਨਾਜ ਕੇਂਦਰ ਵਾਸਤੇ ਹੈ ਔਰ ਕੇਂਦਰ ਇਸ ਦਾ ਮੁਆਵਜ਼ਾ ਦੇ ਦੇਵੇ, ਔਰ ਉਹਨਾਂ ਨੇ ਅਜੇ ਤੱਕ ਇਹਦਾ ਕੋਈ ਰਿਪਲਾਈ ਦਿੱਤਾ ਨਹੀਂ। ਲੇਕਿਨ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਕਿ ਉਹਨਾਂ ਦੇ ਅਨਾਜ ਖਰੀਦਣ ਦੀ ਗੱਲ, ਬਿਲਕੁਲ ਅੱਜ ਪਤਾ ਕਰ ਲਓ, ਅਸੀਂ ਕੱਲ੍ਹ ਤੱਕ ਦੀ ਸਾਰੀ ਫਸਲ ਚੁੱਕ ਲਈ ਹੈ, ਕੋਈ ਫਸਲ ਸਾਡੇ ਪੈਂਡਿੰਗ ਨਹੀਂ ਹੈ। ਔਰ ਅਸੀਂ ਕਿਸਾਨਾਂ ਨੂੰ ਇਸ ਲਈ ਬੇਨਤੀ ਕੀਤੀ ਸੀ ਬਈ ਤੁਸੀਂ ਇਹ ਸੋਸ਼ਲ ਡਿਸਟੈਂਸ ਦਾ ਵੀ ਮਾਮਲਾ ਹੈ, ਕਿਉਂਕਿ ਇੱਥੇ ਮਾਮਲਾ ਇਹ ਨਹੀਂ ਹੈਗਾ ਕਿ ਬਈ ਫਸਲ ਜਲਦੀ ਵੇਚਣੀ, ਮਾਮਲਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਵੀ ਜੁੜਿਆ ਹੋਇਆ ਹੈ, ਲੋਕਾਂ ਦੀ ਫਸਲ ਦੇ ਨਾਲ ਵੀ ਜੁੜਿਆ ਹੋਇਆ ਹੈ। ਇਹ ਪਰੇਸ਼ਾਨੀਆਂ ਹੈਗੀਆਂ, ਲੇਕਿਨ ਲੋਕਾਂ ਨੂੰ ਕਿਹਾ ਬਈ ਉਹਨਾਂ ਨੇ ਬੰਦੇ ਆਈ ਜਾਓ, ਫਸਲ ਅਸੀਂ ਮੌਕੇ ਦੇ 3-3 ਮਿੰਟ ਨਹੀਂ ਲਾ ਰਹੇ, ਉਹ ਚੁੱਕਦੇ ਆ, ਕਿਸਾਨ ਦਾ ਚੈੱਕ ਬਣਦਾ ਆ, ਚੈੱਕ ਉਹਦੇ ਆਨਲਾਈਨ ਖਾਤਿਆਂ 'ਚ ਜਾ ਰਿਹਾ, ਉਹਦੇ 'ਚ ਨਹੀਂ ਪਰੇਸ਼ਾਨੀ ਕੋਈ। ਲੇਕਿਨ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿਹਦੀ ਤੁਸੀਂ ਵੀ ਚਿੰਤਾ ਪ੍ਰਗਟ ਕੀਤੀ ਹੈ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਉਹਦੇ ਖਾਮੀਆਂ ਹੁਣ ਰਹਿ ਗਈਆਂ ਥੋੜ੍ਹੀਆਂ ਬਹੁਤੀਆਂ, ਉਹ ਖਾਮੀਆਂ ਨੂੰ ਅਸੀਂ ਫੌਰੀ ਤੌਰ 'ਤੇ ਦੂਰ ਕਰਾਂਗੇ
और ओदे वैसे किसानों की परेशानी भी हल हो। खास करके जिहड़ा कि किसानों के पासेस नूं लैके अणगिनत मैसेजेस हैगी ने, उन्हां बारे थोड़ा जिहा तुसीं दसो कि उन्हां नूं इह तुहाडे लफ्ज़ां तों बाद की राहत मिलनी चाहीदी है, क्योंकि उन्हां कोल पासेस दा उन्हां नूं इक सौखा रस्ता की हैगा उन्हां कोल भी उन्हां कोल बैठे आ, क्योंकि कईआं नूं तां इही नहीं पता भी उह पासेस मिलने कित्थों आ ते उन्हां ने लैणे किद्दां। नहीं 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 इदां दी नहीं, असीं हर पिंड दे विच पटवारी लगाता और पुलिस का एक ए एस आई है जिहड़ा उस पिंड दे विच मौजूद आ और वो हेल्प कर रहे हैं, मदद कर रहे हैं। अगर कोई उन्हें ऐप डाउनलोड करनी है वो अपने तहसीलदार गल कर रहे हैं। असी हर जगह के उपर अपना एक एक जो मुलाजम है वो दो दो तीन तीन बिठा दिते हैं और वो किसानों के राबते बेच हाँ असी, और असी डायरैक्ट वो किसानों डील कर रहे हैं। मुख्यमंत्री खुद अपनी रोज दिहाड़ी गल कर रहे हैं, रिव्यू कर रहे हैं और असी दिहाड़ी तीन मीटिंगां जिहड़ियां मुख्यमंत्री लै रहे हैं और असी सारा दिन ही इहनां दे ध्यान कर रहे हैं। और छोटिया मोटिया चुनौतियां हैगियां, लेकिन मैं तुहानूं इह कहा कि इह नहीं कि कितें कमियां नहीं, कितें कमियां हैगियां, लेकिन वह कमियां नूं भी दूर करांगे। माहौल उहो जिहा हालात उहो जिहा उहनूं निपटण लग्यां निपटण लग्यां किसे वक्त इह परेशानियां आउंदियां, तुसीं भी हालात नूं जाणदे हो, इह पूरी दुनिया दे हालात आ और साडे भी हालात उसे तरहां दे। एक चीज़ का पंजाब वासी समर्थन काफ़ी कर रहे हैं जिहड़ा कि कैप्टन सरकार ने कंपलसरी किया मास्क नूं पहनना, जिहड़ा भी घरों बाहर निकलेगा वह मास्क पहन के निकलेगा। तो यह एक चीज़ कई बार इहोजी भी हैगी है, हुण ज़्यादातर लोगों कोलों मास्क खरीदने की वह समर्था नहीं है कि जेकर अभी माड़े लोगों की गल करांगे, बारे तुसीं थोड़ा जिहा दसोगे कि वह रुमाल भी पा सकते हैं, कुछ कपड़े का बनिया होया कुछ इदां दा, सिर्फ मूह ढकना है जी, होर तो कुछ हैगा नहीं। ते रुमाल जिहड़ा तुहाडा दूसरा हैगा जिहदे नाल तुसीं मूह ढकदे हो भाई, वो ते थ्री लेयर है या टू लेयर है, ते रुमाल ते अठ लेयर दा कट्ठा ही, ते दुपट्टा बारह लेयर दा, ते इतों वड्डी कोई हिफाजत वाली गल है नहीं। और पंजाब दे लोग समझ गए, वो देसी जगाड़ टेक्नोलॉजी बड़ी जल्दी समझदे आ और वह समझदे आ कि ये परेशानी का हल मूँह ढकना है तो किसी ने भी ढक लै। ते करोना वायरस नूं लैके खास करके डॉक्टरां वास्ते जिहड़ियां पीपीई किट ही है ਉਹ ਪੰਜਾਬ ਸਰਕਾਰ ਨੇ, ਜੇ ਤੁਹਾਡੇ ਕੋਲ ਕੋਈ ਨੰਬਰ ਫਿਕਸ ਹੈਗੇ ਨੇ ਵੀ ਕਿੰਨੀਆਂ ਕੁ ਕੇਂਦਰ ਸਰਕਾਰ ਤੋਂ ਮਿਲ ਚੁੱਕੀਆਂ ਤੇ ਕਿੰਨੀਆਂ ਤੁਹਾਨੂੰ ਆਉਣ ਦੀ ਉਮੀਦ ਹੈਗੀ ਹੈ? ਪੀਪੀ ਕਿੱਟ ਪੰਜਾਬ ਸਾਰੇ ਦੇਸ਼ ਨੂੰ ਦੇ ਰਿਹਾ ਔਰ ਲੁਧਿਆਣਾ ਦੇ ਵਿੱਚ 30 ਤੋਂ ਵੱਧ ਫੈਕਟਰੀਆਂ ਪੀਪੀ ਕਿੱਟ ਬਣਾਉਣ ਲੱਗ ਗਈਆਂ ਔਰ ਹੁਣ ਸਾਨੂੰ ਪਰੇਸ਼ਾਨੀ ਪੀਪੀ ਕਿੱਟ ਦੀ ਨਹੀਂ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਕੋਰੋਨਾ ਵਾਇਰਸ ਇਹਦੀ ਕਿਸੇ ਦੀ ਤਿਆਰੀ ਤੇ ਹੈਗੀ ਨਹੀਂ ਸੀ ਬਈ, ਨਾ ਪੀਪੀ ਕਿੱਟ ਦੀ ਜ਼ਰੂਰਤ ਸੀਗੀਆਂ, ਨਾ ਮਾਸਕ ਦੀ ਜ਼ਰੂਰਤ ਸੀ, ਨਾ ਟੈਸਟਿੰਗ ਕਿੱਟਾਂ ਦੀ ਜ਼ਰੂਰਤ ਸੀ, ਅਚਾਨਕ ਤੇ ਮੁਸੀਬਤ ਸਿਰ ਤੇ। ਇਹ ਸਾਰੀਆਂ ਬਈ ਇਹ ਚੀਜ਼ਾਂ ਇਕੱਠੀਆਂ ਕਰਨ ਲੱਗਿਆ ਟਾਈਮ ਲੱਗਦਾ, ਚੁਣੌਤੀਆਂ ਹੁੰਦੀਆਂ। ਹੁਣ ਅੱਜ ਦੀ ਡੇਟ ਦੇ ਵਿੱਚ ਪੰਜਾਬ ਪੀਪੀ ਕਿੱਟ 'ਚ ਪੂਰੇ ਦੇਸ਼ ਨੂੰ ਲੀਡ ਕਰ ਰਿਹਾ, ਅਸੀਂ ਸਾਰਿਆਂ ਨੂੰ ਦੇ ਰਹੇ ਪੀਪੀ ਕਿੱਟ, ਇਸ ਲਈ ਪੰਜਾਬ 'ਚ ਕੋਈ ਪਰੇਸ਼ਾਨੀ ਇੱਦਾਂ ਦੀ ਨਹੀਂ ਹੈ। ਅਸੀਂ ਮਾਸਕ ਬਣਾਉਣ ਵਾਲੀਆਂ ਵੀ ਫੈਕਟਰੀਆਂ ਸਾਡੀਆਂ ਹੈਗੀਆਂ, ਹੁਣ ਸਾਡੀਆਂ ਟੋਟਲ ਫੈਕਟਰੀਆਂ ਪੀਪੀ ਕਿੱਟ ਵੀ ਬਣਾ ਰਹੀਆਂ। ਹਾਂ, ਟੈਸਟਿੰਗ ਕਿੱਟ ਜਿਹੜੀਆਂ ਹੈਗੀਆਂ ਇੰਡੀਆ ਦੀਆਂ ਦੋ ਕੰਪਨੀਆਂ ਨੂੰ ਮਨਜ਼ੂਰੀ ਮਿਲੀ ਹੈ, ਲੇਕਿਨ ਕਿਉਂਕਿ ਇਹਦਾ ਇਹਦੀ ਕਦੀ ਜ਼ਰੂਰਤ ਪਈ ਨਹੀਂ ਸੀ, ਲੇਕਿਨ ਉਹ ਚਾਈਨਾ ਕੋਰੀਆ ਅਤੇ ਯੂਰਪ ਦੀਆਂ ਕੁਛ ਕੰਪਨੀਆਂ ਉਹਦੇ ਕੋਲੋਂ ਪੀਪੀ ਕਿੱਟ ਜਿਹੜੀ ਹੈ ਦੇਸ਼ ਦੀ ਸਰਕਾਰ ਵੀ ਬਣਾ ਰਹੀ ਮੰਗਾ ਰਹੀ ਹੈ, ਅਸੀਂ ਵੀ ਟੈਂਡਰ ਲਗਾਏ ਆ, ਅਸੀਂ ਵੀ ਉਹਨੂੰ ਪੂਰਾ ਕਰ ਰਹੇ ਹਾਂ। ਅਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣੇ ਲੁਧਿਆਣਾ ਦੇ ਵਿੱਚ ਕੁਝ ਕੇਸ ਸਾਹਮਣੇ ਆਏ, ਬੜੀ ਅਫਸੋਸਨਾਕ ਗੱਲ ਹੈ ਕਿ ਆਪਣੇ ACP ਉਹਨਾਂ ਦੀ ਡੈਥ ਹੋ ਗਈ, ਤੇ ਕਾਫੀ ਪੁਲਿਸ ਕਰਮੀ ਵੀ ਜਿਹੜੇ ਫਰੰਟ ਲਾਈਨ ਦੇ ਉੱਤੇ ਆ ਕੇ ਇਸ ਨਾਲ ਇਹ ਕਹਿ ਸਕਦੇ ਆ ਕਿ ਇਹ ਜੰਗ ਲੜ ਰਹੇ ਨੇ, ਤੇ ਉਹਦੇ ਉੱਤੇ ਤੁਸੀਂ ਕੀ ਕਹੋਗੇ? ਕਿਉਂਕਿ ਇਹਨਾਂ ਦੀ ਪੁਲਿਸ ਕਰਮੀਆਂ ਦੀ ਵੀ ਖਾਸ ਕਰਕੇ ਸੁਰੱਖਿਆ ਨੂੰ ਜਿਹੜਾ ਜ਼ਿਆਦਾ ਜਿਸ ਤਰ੍ਹਾਂ ਡਾਕਟਰ ਦੇ ਨਾਲ ਆਪਾਂ ਟ੍ਰੀਟ ਕਰ ਰਹੇ ਹਾਂ ਕਿ ਉਹਨਾਂ ਨੂੰ PPE ਕਿੱਟ ਜ਼ਰੂਰੀ ਨੇ, ਕੁਝ ਪੁਲਿਸ ਕਰਮੀਆਂ ਨੂੰ ਵੀ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਹੁਣੇ ਐਲਾਨ ਕੀਤਾ ਵੀ ਮੰਡੀਆਂ ਦੇ ਵਿੱਚ ਨੰਬਰ ਤੋਂ ਜ਼ਿਆਦਾ ਹੁਣ ਪੁਲਿਸ ਤੈਨਾਤ ਹੋਏਗੀ, ਉਹਨਾਂ ਦੇ ਲਈ ਕੁਝ ਸਪੈਸ਼ਲ ਹੈ ਕੋਈ PPE ਕਿੱਟਾਂ ਦਾ ਉਹਨਾਂ ਦੀ ਸੇਫਟੀ ਦੇ ਵਾਸਤੇ? ਬਿਲਕੁਲ, ਅਸੀਂ ਸਾਰਿਆਂ ਨੂੰ ਸੇਫਟੀ ਕਿੱਟ ਕਰਾ ਰਹੇ ਹਾਂ, ਉਹ ਸਾਡੇ ਜਿਹੜੇ
साढ़े चार जां बाज फोर्सेस साढ़े पुलिस कर्मचारी साढ़े सफाई कर्मचारी साढ़े मीडिया कर्मचारी और साढ़े डॉक्टर नर्सेस और पैरामेडिकल स्टाफ ये सारे लोग इस जंग दे विच पहली कतार से लड़ाई लड़ रहे हैं और असी इन्हां दी हिफाजत वास्ते हर पक्षों यतन कर रहे हैं और इन्हों इन्हां दी हिफाजत वास्ते हर तरह की कोशिश कर रहे हैं और अज सारा देश सलूट कर रहा है सलाम कर रहा है अज इन्हां दे फुल बरसा रहे हैं इन्हां दी पूजा कर रहे हैं भाई इन्हां ये तो ड्यूटियां बेचारे पहले भी करते सी ये सेवावां वास्ते पहले भी देंदे सी अज देश ने जड़ा रिकोगनाइज पहली दफा किया भी सिर ते गंदगी ढोण वाला इंसान सारी उम्र गंदगी ढो रहा सीगा बीमारियां अपने उपर लैके देश नूं स्वच्छ बना रहा सी लेकिन अज पहली दफा जदों अपनी जान ते बनी ना सारियां दी फिर उन्हां नूं इन्हां दी कीमत समझ लगी आ लेकिन मैनूं ये खुशी आ कि चलो देर आए दुरुस्त आए लोग इन्हां दी कीमत समझ गए और मैं समझना कि भाई इन्हां दी तारीफ करनी चाहिए है और इन्हां नूं दी मदद करनी चाहिए पंजाब दे विच 30,000 पुलिस कर्मियां दे टेस्ट होए ने ते इस तो बाद बाकियां दे भी होणगे के जां ये बस इत्थे ही रुक जाएगा असीं इहनूं अलग अलग सैक्टर च पंजाब नूं वंडिया जी जिस तरह एक शहर हैगा है पर फॉर एग्जाम्पल एक जिले दे विच 10 के जां 20 केस आए है असीं जिथे जिथे केस हैगे है वह पूरे इलाके सील करते एक एक जिले च असीं 60-70 100 तो वध एरिया सील करते 100% सील है और ना उत्थे कोई आ सकदा ना उत्थे कोई जा सकदा है असी 100% उत्थे टेस्ट कर रहे हैं 100% असी लोकां नूं उत्थे रखिया होया है और असी उत्थे बाहर जान की इजाजत नहीं दे रहे और साड़ी इसे गल की कोशिश सी कि कैप्टन अमरिंदर सिंह ने जिहड़ा पहले दिन करफ्यू लगा के ये सारिया चीज़ां नूं कंट्रोल किया है असी ये बिल्कुल कंट्रोल करांगे असी 100% टेस्ट करन जा रहे हैं और अजे फिलहाल असी उन्होंने कोरोनर के उपर टेस्ट कर रहे हैं जिन्हों के एरिए कोई घटना हुई 100% एरिया सील करता गया और सील तो बाद उत्थे आन जान की किसी इजाजत नहीं है और असं कोशिश इस गल की कर रहे हैं कि इनू जिन्ना भी कंट्रोल किया जाए वो सिर्फ यदा एक बचाव में ही बचाव हैगा कि घर च रहना ही एक बचाव है यदि कोई वैक्सीन बनी नहीं जे यदि कोई दवाई बनी नहीं भाई ये खंघ जुकाम की दवाई देनी है बुखार की बस और ये परहेज करना घर च रहना आ परहेज है दुकाना वाले कि उस बंदे जिहड़े हैगे ने किराए दीआं दुकानां वाले उन्हां नूं कोई छोट मिले जां कुछ उन्हां नूं फंड मिले उस नूं निजिठण दे लई खास करके इन्हां हालातां दे विच देखो असीं यही कह रहे हैं कि केंद्र कोलों असीं की मंगिया असीं यही गल मंगी जिहड़ी तुसीं बोली असीं कहा कि जिहड़े लोकां दा नुकसान होया बई केंद्र सरकार मदद करे और भैन हरसिमरन कौर बादल ये कह रही है कि असीं जी पैसा भेजता ਉਹਨੂੰ ਪੁੱਛੋ ਆ ਕਿਰਾਏ ਦਾ ਮਕਾਨ ਨੂੰ ਪੈਸੇ ਭੇਜੀ ਇਹ ਜਿਹੜਾ ਗਰੀਬ ਆ ਭੁੱਖਾ ਮਰ ਰਿਹਾ ਉਹਦੇ ਖਾਤਿਆਂ ਦੇ ਵਿੱਚ ਆ ਜਿਹੜੇ ਪੈਸੇ ਪਾਉਣੇ ਸੀ 15-15 lakh ਰੁਪਈਆ ਕਿ ਨਹੀਂ ਨਾ ਮੋਦੀ ਸਾਹਿਬ ਕੀ ਪਾਉਣਾ ਚਲੋ ਅੱਜ ਪਾ ਦੇਣਾ ਉਹ ਕਹਿ ਦੇਣ ਲੋਕ ਬੇਚਾਰੇ ਪਰੇਸ਼ਾਨ ਹੈ ਚਲੋ ਮੋਦੀ ਸਾਹਿਬ ਹੁਣ ਹੀ ਵਾਅਦਾ ਪੂਰਾ ਕਰ ਲੈਣ ਲੇਕਿਨ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ ਅਸੀਂ ਬਿਲਕੁਲ ਸਖ਼ਤ ਤਾੜਨਾ ਦਿੱਤੀ ਹੈ ਕੋਈ ਦੁਕਾਨ ਖਾਲੀ ਨਹੀਂ ਕਰਾਏਗਾ ਕੋਈ ਸਕੂਲ ਵਾਲਾ बच्चे की फीस नहीं मंगेगा कोई दुकानदार किराया जबरदस्ती नहीं मंगेगा जिहड़ा देन जोगा है वो दे अगर कोई परेशानी है तो कोई परेशान नहीं करेगा और ये कोरोना के हालात के विचों असी थोड़ा निकल के बाहर आ जाइए जल्दी असी इन्हां वास्ते भी सहूलत पैकेज का ऐलान करांगे
ਪੰਜਾਬ ਦਾ ਇੱਕ ਬਹੁਤ ਜ਼ਿਆਦਾ ਵੱਡਾ ਤਬਕਾ ਜਿਨ੍ਹਾਂ ਦੀਆਂ ਦੁਕਾਨਾਂ ਕਿਰਾਏ ਤੇ ਨੇ, ਬਹੁਤ ਇੱਕ ਦੁਚਿੱਤੀ ਚ ਫਸੇ ਪਏ ਨੇ ਕਿ ਜਿਹੜਾ ਕਿਰਾਇਆ ਤੇ ਉਹਨਾਂ ਨੇ ਐਜ਼ ਇਟ ਇਜ਼ ਹੀ ਦੇਣਾ ਵਾ, ਕੰਮ ਹੈਗੇ ਨਹੀਂ ਹੈ, ਰੋਟੀ ਪਾਣੀ ਵੀ ਉਹਨਾਂ ਨੇ ਕਰਦਾ ਚਲਾਉਣਾ, ਸਰਕਾਰ ਦਾ ਕੋਈ ਉਹਦੇ ਉੱਤੇ ਸੋਚ ਹੈਗੀ ਹੈ? ਇਹਦੇ ਉੱਤੇ ਕੋਈ ਕਾਨੂੰਨ ਹੈਗਾ ਕਿ ਜਾਂ ਤੁਹਾਡੀ ਇੱਕ ਸਲਾਹ ਜਾਂ ਮਸ਼ਵਰਾ ਹੈਗਾ ਸਿਰਫ ਇਹ ਦੁਕਾਨਦਾਰਾਂ ਲਈ, ਸਕੂਲ ਵਾਲਿਆਂ ਲਈ? ਬਈ ਬਿਲਕੁਲ,